ਕਰਾਇਆ ਅਕਾਲੀਆਂ ਨੇ ਤੇ ਕੀਤਾ ਕਾਂਗਰਸੀਆਂ ਨੇ ਤੇ ਸਾਡੇ ਸਿੱਖ ਪੰਥ ਤੇ ਵਾਧਾ ਹੋਇਆ। ਕਈ ਪ੍ਰੇਮੀ ਇਸ ਗੱਲ ਨੂੰ ਸੋਚਦੇ ਆ ਕਿ ਅਖਬਾਰਾਂ ਵਾਲਿਆਂ ਨੇ ਸੰਤਾਂ ਦੀ ਸ਼ਹੀਦੀ ਦੀ ਖਬਰ ਅਖਬਾਰ ਵਿੱਚ ਦਿੱਤੀ ਹੈ, ਖਿਆਲ ਕਰਿਓ ਉਹ ਸੰਤਾਂ ਦੀ ਫੋਟੋ ਨਹੀਂ ਲਈ। ਇਸ ਗੱਲ ਦੀ ਅਗਵਾਈ ਇੱਕ ਮਦਰਾਸੀ ਜਨਰਲ ਸੀ ਜਿਹਨੇ ਆਪ ਦਿੱਤੀ ਆ, ਗੁਰਮੀਤ ਸਿੰਘ ਰਾਗੀ ਦਾ ਨਾਂ ਹੈ। ਉਹਦੇ ਪਿਤਾ ਮਿਲਟਰੀ ਦੇ ਵਿੱਚ ਡਾਕਟਰ ਸਨ, ਉਹਨੂੰ ਕੋਈ ਬਿਮਾਰੀ ਸੀ, ਉਹਦੇ ਸਰੀਰ ਦੇ ਅੰਦਰ ਪਾਣੀ ਦਾ ਨੁਕਸਾ ਜਦੋਂ ਅਟੈਕ ਹੋਇਆ, ਉਹ ਮਦਰਾਸੀ ਜ਼ਿਆਦਾ ਤਕਲੀਫ ਹੋਈ। ਮਿਲਟਰੀ ਦੇ ਡਾਕਟਰ ਨੇ ਰਿਟਾਇਰ ਹੋਣ ਵਾਲੇ ਸਨ, ਉਹਦਾ ਇਲਾਜ ਕੀਤਾ। ਇਲਾਜ ਕਰਨ ਤੋਂ ਬਾਅਦ ਉਹ ਜਰਨਲ ਮਦਰਾਸੀ ਠੀਕ ਹੋਇਆ। ਉਹਨੇ ਧੰਨਵਾਦ ਕਰਨ ਵਾਸਤੇ ਡਾਕਟਰ ਸਾਹਿਬ ਦੇ ਕੋਲੇ ਆਉਣਾ ਸੀ। ਉਹਦਾ ਪਚੰਗੀ ਰਾਜੂ ਭਾਈ ਗੁਰਮੀਤ ਸਿੰਘ ਅਜੇ ਜਿਉਂਦਾ ਜਾਗਦਾ ਹੈ, ਜਿਹਦੇ ਮਨ ਵਿੱਚ ਸ਼ੰਕਾ ਹੋਵੇ ਤੈਨੂੰ ਪੁੱਛ ਵੀ ਲਿਓ। ਰਾਗੀ ਦਾ ਨਾਂ ਪਟਨਾ ਸਾਹਿਬ ਦਾ ਰਾਗੀ ਸੀ। ਜਦੋਂ ਅਟੈਕ ਹੋਇਆ, ਅਟੈਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਿੰਨੇ ਰਾਗੀ ਗ੍ਰੰਥੀ ਪ੍ਰਚਾਰਕ ਸਨ ਸਾਰੇ ਭੱਜ ਗਏ, ਕੋਈ ਨਹੀਂ ਰਿਹਾ। ਇਹ ਪਿਆਰ ਵਸ ਜੀ ਦਾ ਖਾਨ ਦਾ ਹਰ ਇੱਕ ਭਾਈਵਾਲ ਹੁੰਦਾ, ਤੇ ਜਦੋਂ ਮੁਸੀਬਤ ਪੈ ਜਾਏ ਉਹਦੇ ਸਕੇ ਭਰਾ ਵੀ ਛੱਡ ਕੇ ਭੱਜ ਜਾਂਦੇ ਹੁੰਦੇ। ਇਸ ਲਈ ਪਿਆ ਗੁਰਬਾਣੀ ਦਾ ਫੈਸਲਾ, ਜਾ ਕੋ ਮੁਸ਼ਕਲ ਆਸ ਬਣੇ ਢੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣਾ ਸਾਖ ਆ ਭੇ ਭੱਜ ਲੈ, ਉਦੋਂ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਭੱਜ ਜਾਂਦੇ ਆ। ਜਦੋਂ ਧੰਨਵਾਦ ਕਰਨ ਵਾਸਤੇ ਉਸ ਜਨਰਲ ਅਫਸਰ ਨੇ ਆਉਣਾ ਸੀ, ਉਹ ਆਪਣੇ ਭਚੰਗੀ ਰਾਜੀ ਭਾਈ ਗੁਰਮੀਤ ਸਿੰਘ ਨੂੰ ਕਹਿਣ ਲੱਗਾ ਕਿ ਮੇਰਾ ਉਸ ਅਫਸਰ ਨੇ ਧੰਨਵਾਦ ਕਰਨ ਵਾਸਤੇ ਆਉਣਾ, ਕਿਉਂ ਠੀਕ ਹੋ ਗਿਆ, ਜੇ ਕੋਈ ਉਹਦੇ ਨਾਲ ਕੰਮ ਹੈ ਤੇ ਮੈਨੂੰ ਦੱਸ। ਉਹ ਕਹਿਣ ਲੱਗੇ ਕਿ ਮੈਨੂੰ ਕੰਮ ਆ ਦੋ ਤਿੰਨ, ਜਿੱਦਣ ਉਹਨਾਂ ਨੇ ਆਉਣਾ ਤੁਸੀਂ ਪਹਿਲਾਂ ਮੈਨੂੰ ਦੱਸਿਓ ਤੇ ਮੈਂ ਜ਼ਰੂਰ ਉਹ ਕੰਮ ਉਹਨਾਂ ਨੂੰ ਕਹਿਣੇ ਆ ਤੇ ਕਰਵਾਉਣੇ ਵੀ ਆ। ਜਿਸ ਦਿਨ ਉਹ ਅਫਸਰ ਆਇਆ ਤੇ ਅਫਸਰ ਦੇ ਕੋਲੇ ਉਸ ਮਿਲਟਰੀ ਦੇ ਡਾਕਟਰ ਨੇ ਗੱਲ ਕੀਤੀ ਕਿ ਮੇਰਾ ਬੇਟਾ ਉਹਦੇ ਇੱਕ ਦੋ ਕੰਮ ਚ ਕਰ ਸਕਦੇ ਆ। ਉਹਨੇ ਹਾਂ ਕੀਤੀ ਕਿ ਹਾਂ ਮੈਂ ਜ਼ਰੂਰ ਕਰੂੰਗਾ। ਇੱਕ ਕੰਮ ਇਹ ਸੀ ਕਿ ਉਹ ਦਰਬਾਰ ਸਾਹਿਬ ਡਿਊਟੀ ਕਰਦਾ ਸੀ ਰਾਗੀ ਦੀ, ਤੇ ਉਹਨਾਂ ਦੀ ਪੁੱਛ ਪੜਤਾਲ ਬੜੀ ਹੁੰਦੀ ਸੀ। ਉਸ ਅਫਸਰ ਨੂੰ ਰਾਗੀ ਗੁਰਮੀਤ ਸਿੰਘ ਨੇ ਕਿਹਾ, ਇੱਕ ਤਾਂ ਸਾਹਿਬ ਮੈਨੂੰ ਤੁਸੀਂ ਆਈਡੈਂਟੀ ਕਾਰਡ ਬਣਾ ਲਿਓ। ਉਹਨੇ ਕਿਹਾ ਆਪਣੇ ਸਰਪੰਚ ਆਪਣੇ ਪਿੰਡ ਦੇ ਸਰਪੰਚ ਦੀ ਮੋਹਰ ਲਿਆ ਕੇ ਮੈਨੂੰ ਲਿਆਵੇ ਤੇ ਮੈਂ ਤੈਨੂੰ ਆਈਡੈਂਟੀ ਕਾਰਡ ਬਣਾ ਦਾਂਗਾ। ਦੂਜੀ ਉਹਨੇ ਗੱਲ ਕੀਤੀ ਕਿ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਜਾਂ ਨਹੀਂ ਹੋਏ। ਉਸ ਟਾਈਮ ਤੇ ਉਹ ਮਦਰਾਸੀ ਸੀ, ਮਿਲਟਰੀ ਦਾ ਬੜਾ ਨੁਕਸਾਨ ਹੋਇਆ। ਉਸ ਮਿਲਟਰੀ ਦੇ ਜਨਰਲ ਅਫਸਰ ਨੇ ਗੱਲ ਕੀਤੀ ਕਿ 22,386 ਜਵਾਨ ਸਾਡੇ ਦਰਬਾਰ ਸਾਹਿਬ ਦੀ ਜੰਗ ਵਿੱਚ ਮਾਰੇ ਗਏ ਆ, ਜਿਨ੍ਹਾਂ ਦਾ ਰਿਕਾਰਡ ਅਸੀਂ ਰਾਸ਼ਟਰਪਤੀ ਨੂੰ ਦਿੱਤਾ, ਕਿਉਂਕਿ ਉਹਨਾਂ ਨੇ ਪੈਨਸ਼ਨ ਲਾਉਣੀ ਹੁੰਦੀ ਆ। ਕਹਿੰਦੇ ਇਹ ਗੱਲ ਅਸੀਂ ਦੁਨੀਆਂ ਦੇ ਵਿੱਚ ਨਸ਼ਰ ਨਹੀਂ ਕੀਤੀ, ਗੁਰਮੁਖ ਇਹਨੂੰ ਪੈਰ ਨਹੀਂ ਕਰੀ ਜਾਂਦੇ। 22,386 ਸਾਡੇ ਜਵਾਨ ਇਸ ਦਰਬਾਰ ਸਾਹਿਬ ਦੀ ਜੰਗ ਵਿੱਚ ਮਾਰੇ ਗਏ ਆ। ਦੂਜੀ ਉਹਨੇ ਆਪਣੀ ਗੱਲ ਕੀਤੀ ਕਿ ਸਾਨੂੰ ਸੰਤਾਂ ਬਾਰੇ ਦੱਸੋ। ਉਹ ਕਹਿਣ ਲੱਗਾ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ, ਢਿੰਡਰਾਂ ਵਾਲਾ ਬਾਬਾ ਭਾ ਗਿਆ। ਉਸ ਜਰਨਲ ਦੀ ਜ਼ਬਾਨੀ ਹੈ ਇਹ ਗੱਲ ਕਿ ਭਿੰਡਰਾਂ ਵਾਲਾ ਬਾਬਾ ਭਾ ਗਿਆ। ਉਹਨੇ ਅਖਬਾਰ ਅੱਗੇ ਲਿਆ ਕੇ ਉਸ ਅਫਸਰ ਦੇ ਰੱਖੀ ਵੀ ਆ ਫੋਟੋ ਕੀ ਵੀ ਹੈ। ਉਹ ਕਹਿਣ ਲੱਗਾ ਜੇ ਤੂੰ ਖਾਨਾ ਤੁਰਤੀ ਪੂਰੀ ਕੀ ਹੈ, ਉਨਕੀ ਅਸਲੀ ਤਸਵੀਰ ਇਹ ਨਹੀਂ ਹੈ। ਇੱਕ ਅਫਸਰ ਦੀ ਜ਼ਬਾਨੀ ਆ ਕਿ ਆਪਾਂ ਸਿੱਖ ਕਹੀ ਜਾਂਦੇ ਹਾਂ ਕਿ ਸੰਤ ਸ਼ਹੀਦ ਹੋ ਗਏ, ਗੁਰਮੁਖੋ ਜਿਹੜੇ ਜੱਸੇ ਦੇ ਸਿੰਘ ਨਾਲ ਰਹੇ ਆ ਉਹਨਾਂ ਨੂੰ ਪਤਾ ਅੱਜ ਵੀ ਉਹ ਫੋਟੋ ਧੁੰਮੇ ਨੇ ਸ਼ਾਇਦ ਸਾਂਭ ਕੇ ਰੱਖੀ ਹੋਣੀ, ਮੈਂ ਕਦੇ ਉਹਦਾ ਨਾਂ ਨਹੀਂ ਲਿਆ। ਕਿਉਂ ਨਾ
ਮਰਦਾਂ ਦਾ ਲਿਆ ਜਾਂਦਾ ਉਹ ਮਰਦ ਨਹੀਂ। ਸ਼ਾਇਦ ਮੇਰੀ ਗੱਲ ਦਾ ਕਈਆਂ ਨੂੰ ਗੁੱਸਾ ਵੀ ਲੱਗੂਗਾ ਕਿ ਉਹਦੀ ਨਿੰਦਿਆ ਕਰਦਾ, ਨਹੀਂ ਸੱਚ ਨੂੰ ਕਦੇ ਵਾਸਤੇ ਆਪਾਂ ਨਿੰਦਿਆ ਨਹੀਂ ਕਹਿ ਸਕਦੇ। ਤੋਂ ਮੈਨੇ ਸ਼ਾਇਦ ਫੋਟੋ ਅਜੇ ਵੀ ਸੰਭਾਲੀ ਹੋਣੀ ਆ, ਜਾਂ ਸਿੱਖ ਪੰਥ ਦੇ ਜਿਹੜੇ ਵਿਰੋਧੀ ਉਹਨਾਂ ਨੇ ਵੀ ਫੋਟੋ ਸੰਭਾਲੀ ਹੋਣੀ ਆ, ਪਰ ਉਹ ਫੋਟੋ ਤੇ ਖਿਆਲ ਕਰਿਓ, ਉਹ ਫੋਟੋ ਤੇ ਲੰਮੇ ਲੰਮੇ ਗੁਰਮੁਖ ਕੇਸ ਆ। ਸੰਤਾਂ ਦੀ ਪਛਾਣ ਆਉਂਦੀ ਆ ਕਿ ਸੰਤਾਂ ਦੇ ਸਿਰ ਵਿੱਚ ਕੇਸ ਨਹੀਂ ਸਨ, ਸੰਤਾਂ ਦੇ ਸਿਰ ਦੇ ਵਿੱਚ ਕੇਸ ਨਹੀਂ ਸਨ, ਉਹਨਾਂ ਦੇ ਸਿਰਫ ਥੋੜੇ ਜਿਹੇ ਕੇਸ ਸਨ ਮਗਰਲੇ ਪਾਸੇ ਧੌਣ ਦੇ ਉੱਪਰ। ਉਹਨਾਂ ਦੀ ਕੇਸਾਂ ਤੋਂ ਪਛਾਣ ਆਉਂਦੀ ਹੈ ਕਿ ਮਿਲਟਰੀ ਵਾਲਿਆਂ ਨੇ ਕਿਸੇ ਹੋਰ ਸਿੰਘ ਦੀ ਫੋਟੋ ਲਿਆ ਕੇ ਸਾਹਮਣੇ ਰੱਖ ਦੀ, ਉਹਦੀ ਫੋਟੋ ਲਾ ਕੇ ਅਖਬਾਰਾਂ ਵਿੱਚ ਦੇ ਦਿੱਤੀ। ਪਰ ਮੇਰਾ ਅਜੇ ਵੀ ਸਵਾਲ ਹੈ ਕਿ ਸੰਤਾਂ ਦੀ ਕੋਈ ਵੀ ਉਹਨਾਂ ਦੇ ਤਨ ਦੀ ਯਾਦਗਾਰ ਹੈ? ਕਿਉਂ ਉਹਨਾਂ ਦਾ ਜਿਹੜਾ ਤੀਰ ਸੀ ਨਾ ਉਹਦੇ ਤੇ ਸੰਤ ਜਰਨੈਲ ਸਿੰਘ ਪ੍ਰਸਾਦ ਦਾ ਨਾਂ ਲਿਖਿਆ ਸੀ, ਉਹਨਾਂ ਦੇ ਮੌਜਰ ਦੇ ਉੱਪਰ ਉਹਨਾਂ ਦਾ ਨਾਂ ਲਿਖਿਆ ਸੀ, ਉਹਨਾਂ ਦਾ ਜਿਹੜਾ ਹੱਥ ਵਿੱਚ ਕੜਾ ਪਾਇਆ ਉਹਦੇ ਉੱਪਰ ਵੀ ਸੰਤਾਂ ਦਾ ਨਾਂ ਲਿਖਿਆ ਸੀ। ਇਹ ਉਹਨਾਂ ਦਾ ਤੀਰ, ਹੱਥ ਦਾ ਕੜਾ, ਰਾਤਰੇ ਦਾ ਪਸਤੌਲ, ਇਹ ਤਿੰਨ ਚੀਜ਼ਾਂ ਵਿਖਾ ਦਿਓ ਤੇ ਅਸੀਂ ਕਹਿ ਦੇਣਾਗੇ ਸ਼ਹੀਦ ਹੋ ਗਿਆ। ਪਰ ਸਾਡੀ ਬਦਕਿਸਮਤੀ, ਜਿਸ ਦਿਨ ਬਾਬਾ ਜੀ ਨੇ ਸਾਚਖੰਡ ਗਮਨ ਕੀਤਾ ਉਸ ਟਾਈਮ ਤੇ ਮਹਿਕੇ ਡੇਰੇ ਦੇ ਅੰਦਰ ਗੁਰਮੁਖੋ ਉਹ ਹਾਲ ਹੋਇਆ ਜਿਹੜਾ ਸ਼ੇਰੇ ਪੰਜਾਬ ਦੇ ਮੌਤ ਤੋਂ ਬਾਅਦ ਕਦੇ ਸ਼ੇਰੇ ਪੰਜਾਬ ਦੇ ਪਰਿਵਾਰ ਦਾ ਹੋਇਆ। ਮਹਿਕੇ ਦੇ ਅੰਦਰ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦਾ ਉਹ ਹਾਲਾਤ ਕੀਤਾ ਗਿਆ ਜਿਸ ਤਰ੍ਹਾਂ ਧਿਆਨ ਸਿੰਘ ਡੋਗਰੇ ਨੇ ਅੰਗਰੇਜ਼ਾਂ ਦੇ ਨਾਲ ਮਿਲ ਕਰਕੇ ਤੇ ਸ਼ੇਰੇ ਪੰਜਾਬ ਦੇ ਪਰਿਵਾਰ ਦਾ ਕੀਤਾ ਸੀ, ਕੀਤਾ ਕਿਹਨੇ ਧੋਵੇ ਨੇ? ਤੁਸੀਂ ਕਹੋਗੇ ਸੰਤਿਆ, ਗੁਰਬਾਣੀ ਇਸ ਗੱਲ ਦੀ ਗਵਾਹ ਕਿ ਸਿੱਖਾਂ ਦਾ ਸਤਿਕਾਰ ਕਰਨਾ ਚਾਹੀਦਾ, ਸਿੱਖਾਂ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਸਿੱਖਾਂ ਦੀ ਪ੍ਰਸ਼ਾਦੇ ਮਾਇਆ ਤੇ ਵਸਤਰਾਂ ਦੇ ਨਾਲ ਸੇਵਾ ਕਰਨੀ ਚਾਹੀਦੀ ਆ। ਪਰ ਜਦ ਬਾਬਾ ਜੀ ਚੜ੍ਹਾਈ ਕਰ ਗਏ, ਪ੍ਰਸ਼ਾਸਨ ਤੇ ਸਰਕਾਰ ਏਜੰਸੀਆਂ ਧੋਵੇ ਦੇ ਨਾਲ, ਮੈਂ ਇਸ ਗੱਲ ਦੀ ਗਵਾਹੀ ਕਰਦਾ ਹਵਾਰਾ ਕਾਂਡ ਦੇ ਵਿੱਚ ਮੈਂ 24 ਦਿਨ CI ਸਟਾਫ ਦੇ ਰਿਮਾਂਡ ਤੇ ਰੱਖਿਆ, ਉਹਨਾਂ ਅਫਸਰਾਂ ਨੂੰ ਮੇਰੇ ਮੂੰਹ ਤੇ ਲਿਆਓ, ਅੱਜ ਵੀ ਕਹਿਣ ਨੂੰ ਤਿਆਰ ਆ। ਜਦੋਂ ਮਾਲ ਮੰਡੀ ਮੈਨੂੰ ਇੱਕ ਹਫ਼ਤਾ ਰੱਖਿਆ, ਇੱਕ ਹਫ਼ਤਾ ਰੱਖਣ ਤੋਂ ਬਾਅਦ ਮੈਨੂੰ ਮੁਹਾਲੀ DGP IG ਕੁੱਪਲ SSP ਅਕਬਾਲ ਸਿੰਘ, ਉਹਨੇ ਅੰਮ੍ਰਿਤ ਵੀ ਛਕਿਆ ਤੇ ਕਥਾ ਵੀ ਕਰਦਾ, ਅਖਬਾਰਾਂ ਚ ਉਹਦੇ ਲੇਖ ਵੀ ਆਉਂਦੇ ਤੇ ਧਾਰਮਿਕ ਕੋਸ਼ੀਆਂ ਵੀ ਲਿਖਦਾ, ਉਹਨੇ ਇਹ ਗੱਲ ਕਹੀ ਮੇਰੇ ਸਾਹਮਣੇ ਕਿ ਸਾਡੇ ਚਾਰ ਕੈਟ ਆ। ਦੇਖਿਆ ਜੀ ਉਹ ਕਿਹੜੇ ਕਿਹੜੇ? ਕਹਿੰਦਾ ਇੱਕ ਧੁੰਮਾ, ਮੁੱਖ ਸੋ ਰੋਡਾ ਜੈਬ ਤੋਂ ਗਿਆ ਸੀ, ਕਹਿੰਦੇ ਚਾਰ ਸਾਡੇ ਕੈਟ ਆ, ਤੁਸੀਂ ਕਿਧਰ ਜਾਓਗੇ? ਇਹਨਾਂ ਚਾਰਾਂ ਦੇ ਸਿਰ ਤੇ ਟਕਸਾਲ ਚੜ੍ਹਦੀ ਹੈ, ਚਾਰੇ ਸਾਡੇ ਕਹਿਣ ਦਾ ਤੁਸੀਂ ਕੀ ਕਰੋਗੇ? ਮੈਨੂੰ ਦੂਜਾ ਸਵਾਲ ਕੀਤਾ ਕਿ ਬੰਦੇ ਦਾ ਪੁੱਤ ਮਾਣ, ਜਿਵੇਂ ਇਹ ਸਾਨੂੰ ਕੰਮ ਦਿੰਦੇ ਤੂੰ ਵੀ ਸਾਨੂੰ ਕੰਮ ਦੇ, ਸਾਡਾ ਕੈਟ ਬਣ ਜਾ। ਮੈਂ ਕਿਹਾ ਸਰ ਮਾਵਤ ਪਰਵਾਹ ਹੈ, ਫਿਰ ਮੈਂ ਕੈਟ ਕੀ ਤੁਹਾਡਾ ਬਣ ਪਾਉਂਦਾ? ਉਹਨਾਂ ਮੇਰੀ ਤਸੱਲੀ ਕਰਾਈ, ਇਹਨਾਂ ਦੇ ਨਾਲ ਫੋਨ ਤੇ ਹੈਂਡ ਫਰੀ ਕਰਕੇ ਮੈਨੂੰ ਇਹਨਾਂ ਦੀ ਗੱਲਾਂ ਸੁਣਾਈਆਂ। ਮੈਂ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਬੈਠਾ, ਮੈਨੂੰ ਨਰਕਾਂ ਦੀ ਵੀ ਥਾਂ ਨਾ ਬੜੇ ਜਿਹੇ ਗੱਲ ਝੂਠ ਕੀਤੀ ਹੋਈ। ਜੇਕਰ ਇਹਨਾਂ ਤੇ ਮੈਂ ਇਸ ਗੱਲ ਦੀ ਝੂਠੀ ਤੁਮਤ ਲਾਈ ਹੋਵੇ ਨਾ ਤਾਂ ਨਰਕਾਂ ਤੋਂ ਉੱਤੇ ਥਾਂ ਨੀ, ਮੈਨੂੰ ਨਰਕਾਂ ਦੀ ਥਾਂ ਨਾ ਮਿਲੇ। ਇਹ ਪਿਆਰੇ ਜਿੰਨੇ ਵੀ ਆ ਨਾ, ਮੁੱਖ ਵਸੋਂ ਜਸਬੀਰ ਸਿੰਘ ਰੋਡਾ ਭਾਵੇਂ ਸੰਤਾਂ ਦਾ ਭਤੀਜਾ, ਜੈਬ ਸਿੰਘ ਇਤਿਹਾਸੀ ਤੇ ਧੁੰਮਾ, ਇਹ ਚਾਰੇ ਏਜੰਸੀਆਂ ਦੇ ਕੈਟ, ਕਿਹੜੀ ਏਜੰਸੀ ਦੇ? IG ਇੰਟਰਨੈਸ਼ਨਲ ਦੇ, ਉਹਨਾਂ ਦੇ ਕੈਟ ਆ। ਜਿਹੜੀ ਦਿੱਲੀ ਦੀ ਇੱਕ ਏਜੰਸੀ ਆ ਉਹਦੇ ਕੈਟ ਆ। ਤੇ ਦੱਸੋ ਤੁਸੀਂ ਸੱਚ ਬੋਲਣ ਦੇ, ਸੱਚ ਸੁਣਨ ਦੇ ਕਿਹਦੇ ਤੋਂ ਆਸ ਰੱਖੋਗੇ? ਇਸ ਕਰਕੇ ਮਹਿਤੇ ਡੇਰੇ ਦੇ ਹਾਲਾਤ ਉਹ ਬਣ ਗਏ ਜਿਹੜੇ ਸ਼ੇਰੇ ਪੰਜਾਬ ਦੇ ਪਰਿਵਾਰ ਦੇ ਧਿਆਨ ਸਿੰਘ ਡੋਗਰੇ ਨੇ ਕੀਤੇ ਸਨ। ਉਹ ਕੀ ਹੋਇਆ? ਨੇਤਾ ਪ੍ਰਾਪਤੀ ਡਾਂਗਾਂ ਨਾਲ, ਛਿੱਤਰਾਂ ਨਾਲ ਜਥੇ ਦੇ ਰਹਿਣ ਵਾਲੇ ਸਿੰਘਾਂ ਨੂੰ ਕੁੱਟਣਾ। ਇੱਕ ਨੇਪਾਲ ਦਾ ਅਜੇ ਵੀ ਮੇਰੇ ਕੋਲੇ ਸਿੰਘਾਂ ਦੇ ਵਿੱਚ ਰਹਿੰਦਾ,
ਅਜਨਾਲੇ ਆ ਜਾਓ ਤੇ ਤੁਹਾਨੂੰ ਸਿੰਘ ਦੇ ਦਰਸ਼ਨ ਕਰਾਵਾਂਗੇ। ਉਹ ਨੇਪਾਲ ਦੇ ਰਹਿਣ ਵਾਲਾ ਸਿੰਘ ਆ, ਉਹਨੂੰ ਇਹ ਨੀ ਪਤਾ ਕਿ ਮੇਰੀ ਮਾਂ ਕੌਣ ਤੇ ਮੇਰਾ ਪਿਓ ਕੌਣ ਤੇ ਮੇਰਾ ਪਿੰਡ ਕਿਹੜਾ ਤੇ ਮੇਰਾ ਘਰ ਕਿੱਥੇ ਆ। ਛੋਟਾ ਹੁੰਦਾ ਨੇਪਾਲ ਛੱਡ ਕੇ ਪੰਜਾਬ ਦੀ ਧਰਤੀ ਤੇ ਆਇਆ, ਕਾਬਜੀ ਵਾਲੇ ਬਾਬਾ ਦਾ ਰਿਹਾ, ਕਾਬਜੀ ਨਾਲ ਛੱਡ ਕਰਕੇ ਉਹ ਮਿੱਟੀ ਆਇਆ, ਮਿੱਟੀ ਆ ਕਰਕੇ ਗੁਰਬਾਣੀ ਦੀ ਸੰਥਿਆ ਕੀਤੀ ਤੇ ਮੇਰੇ ਨਾਲ ਪੰਜਾਂ ਪਿਆਰਾਂ ਦੀ ਸੇਵਾ ਚ ਲੱਗਦਾ ਰਿਹਾ। ਉਸ ਨੇਪਾਲੀ ਗੁਰੂ ਕੇ ਸਿੱਖ ਨੂੰ ਤਿੰਨ ਵਾਰ ਡਾਂਗਾਂ ਦੇ ਨਾਲ ਲੰਗਰ ਦੇ ਕੋਲ ਜਿਹੜਾ ਬੋਰਡ ਆ ਉਹਦੇ ਨਾਲ ਬੰਨ ਕਰਕੇ ਤਿੰਨ ਵਾਰ ਕੁਰਸੀਆਂ ਵੀ ਕੁੱਟ ਗਈਆਂ, ਇਸ ਤਰ੍ਹਾਂ ਕੁੱਟਿਆ, ਕੁੱਟ ਖਾ ਕਰਕੇ ਨੇਪਾਲੀ ਸਿੰਘ ਉਹ ਪਾਗਲ ਹੋ ਗਿਆ। ਜਦੋਂ ਪਾਗਲ ਹੋਇਆ ਉਹਦਾ ਧੁੰਮੇ ਨੇ ਤੇ ਉਹਦੇ ਚੇਲਿਆਂ ਨੇ ਉਹਦੇ ਚਮਚਿਆਂ ਨੇ ਇਲਾਜ ਨੀ ਕਰਾਇਆ। ਫਿਰ ਕੀ ਕੀਤਾ ਉਹਦੇ ਨਾਲ, ਗੱਡੀ ਤੇ ਭਾ ਕਰਕੇ ਤੇ ਉਹਨੂੰ ਅੰਮ੍ਰਿਤਸਰ ਸਾਹਿਬ ਛੱਡ ਗਏ। ਉਹ ਇੱਕ ਸਾਲ ਦਾ ਸਮਾਂ ਸੜਕਾਂ ਤੇ ਧੱਕੇ ਖਾਂਦਾ ਰਿਹਾ। ਮੇਰੀ ਤਰੀਕ ਪੈਂਦੀ ਸੀ ਰਾਮਪੁਰੇ ਕੋਲ 6 ਵਜੇ ਸਵੇਰ ਦਾ ਟਾਈਮ ਸੀ। ਜੀਰਾ ਤਲਵੰਡੀ ਜਿਹੜੀ ਭਾਈ ਦੀ ਤਲਵੰਡੀ ਆ, ਸੜਕੀ ਸੜਕ ਅਸੀਂ ਤੁਰੇ ਜਾਂਦੇ ਹਾਂ ਤੇ ਸੜਕ ਤੇ ਨੇਪਾਲੀ ਸਿੰਘ ਨੰਗੇ ਪੈਰੀ ਤੁਰਿਆ ਜਾਂਦਾ। ਮੇਰੀ ਨਿਗਾਹ ਪੈ ਗਿਆ ਸਿੰਘਾਂ ਨੂੰ ਕਿਹਾ ਕਿ ਆਪਣਾ ਨੇਪਾਲੀ ਸਿੰਘ ਤੁਰਿਆ ਜਾਂਦਾ। ਗੱਡੀ ਬੈਕ ਕਰਕੇ ਉਹਦੇ ਕੋਲੇ ਲਿਆਂਦੀ, ਉਹਨੂੰ ਖਿਲਾਰਿਆ ਤੇ ਪੁੱਛਿਆ ਕਿ ਤੂੰ ਕਿਧਰ ਚੱਲਿਆ ਦਾ ਮੈਨੂੰ ਪਤਾ ਨੀ, ਆਇਆ ਕਿੱਥੋਂ ਕਹਿੰਦਾ ਮੈਨੂੰ ਪਤਾ ਨੀ। ਮੈਂ ਕਿਹਾ ਮੈਨੂੰ ਪਛਾਣਿਆ? ਕਹਿੰਦਾ ਹਾਂ ਪਛਾਣਿਆ, ਉਹਨੇ ਮੇਰਾ ਨਾਂ ਲਿਆ, ਉਹਨੂੰ ਆਪਣੇ ਨਾਲ ਗੱਡੀ ਤੇ ਬਿਠਾਇਆ ਤੇ 3 ਮਹੀਨੇ ਉਹਦਾ ਇਲਾਜ ਕਰਾਉਂਦੇ ਨੇ। ਦਵਾਈ ਉਹਦੀ ਅਜੇ ਵੀ ਚੱਲਦੀ ਆ। 3 ਮਹੀਨੇ ਮੈਨੂੰ ਪਤਾ ਜਾਂ ਜੱਥੇ ਦੇ ਸਿੰਘਾਂ ਨੂੰ ਪਤਾ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਪਾਗ ਨੂੰ ਸੰਭਾਲਦੇ ਰਹੇ ਹਾਂ। ਜੇਕਰ ਪਿਆਰੇ ਸੰਤਾਂ ਦਾ ਕੰਮ ਹੈ ਗੁਰੂ ਕੇ ਸਿੱਖਾਂ ਨੂੰ ਸਿੱਤਰਾਂ ਨਾਲ ਤੇ ਡਾਂਗਾਂ ਨਾਲ ਕੁੱਟਣਾ, ਤੇ ਫਿਰ ਪ੍ਰਸ਼ਾਦੇ ਦੀ, ਬਸਤਰਾਂ ਦੀ, ਮਾਇਆ ਦੀ ਸੇਵਾ ਕਰਨਾ ਇਹ ਤੇ ਬਦਮਾਸ਼ਾਂ ਦਾ ਕੰਮ ਹੈ ਨਾ। ਜੇਕਰ ਮਹਿਕੇ ਦਾ ਮੁਖੀ, ਡੇਰੇ ਦਾ ਮੁਖੀ ਇੱਕ ਸੰਤਿਆ ਤੇ ਦੱਸੋ ਆਪਾਂ ਬਦਮਾਸ਼ੀ ਨੂੰ ਕਵਾਂਗੇ? ਬਦਮਾਸ਼ਾਂ ਦਾ ਕੰਮ ਹੁੰਦਾ ਡਾਂਗਾਂ ਨਾਲ ਕੁੱਟਣਾ, ਛਿੱਤਰਾਂ ਨਾਲ ਕੁੱਟਣਾ। ਇਸ ਕਰਕੇ ਬਾਬਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹਦੇ ਜਿਹੜੇ ਸੰਗੀ ਸਾਥੀ ਆ ਉਹਨਾਂ ਦੇ ਵਿੱਚ ਤੇ ਬਦਮਾਸ਼ਾਂ ਦੇ ਵਿੱਚ ਪਿਆਰੀ ਕੋਈ ਵੀ ਫਰਕ ਨਹੀਂ। ਇੱਕ ਹੁਲੀਏ ਦਾ ਫਰਕ ਆ, ਬਦਮਾਸ਼ ਸ਼ਰਾਬ ਪੀਂਦੇ ਆ, ਦਾੜੀ ਵੱਡੀ ਹੁੰਦੀ ਆ ਤੇ ਇਹਨਾਂ ਨੇ ਕੇਸ ਦਾੜੀ ਰੱਖੇ ਆ। ਜਿੰਨੇ ਧੁੰਮੇ ਦੇ ਨਾਲ ਆ ਸਾਰੇ ਭੁੱਕੀ ਖਾਂਦੇ, ਉਹ ਸਾਰੇ ਗੁਰਮੁਖੋ ਭੁੱਕੀ ਖਾਂਦੇ ਆ, ਨੀਮ ਖਾਂਦੇ ਆ। ਤੇ ਦੱਸੋ ਆਪਾਂ ਸਾਥੀ ਕੇਸ ਕਿੱਥੋਂ ਲਵਾਂਗੇ? ਇਸ ਕਰਕੇ ਪਿਆਰੇ ਆਪਾਂ ਬਾਬਾ ਜੀ ਦੀ ਬਰਸੀ, ਜੇਕਰ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਨਾ ਤੇ ਕਦੇ ਵਾਸਤੇ ਗੁਰਮੁਖੋ ਆਪਣੀ ਰਚਨਾ ਤੋਂ ਸੰਤਾਂ ਨੂੰ ਸ਼ਹੀਦ ਨਾ ਕਿਹਾ ਕਰੋ। ਕਈਆਂ ਪ੍ਰੇਮੀਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਾਊਗਾ। ਕਈ ਪ੍ਰੇਮੀ ਦਾਰਜੀ ਨੂੰ ਦੱਸਣਗੇ ਜੀ ਕਿ ਅਮਰੀਕ ਸਿੰਘ ਇਹਦੇ ਖਿਲਾਫ਼ ਬੋਲਦਾ, ਮੈਂ ਨਹੀਂ ਬੋਲਦਾ, ਮੈਨੂੰ ਤਸੀਸਾਂ ਨੂੰ ਉਹਦੇ ਖਿਲਾਫ਼ ਬੋਲ ਜਾਂਦਾ। ਇਹ ਖਿਲਾਫ਼ ਨਹੀਂ, ਇਹ ਸੱਚ ਆ। ਇਹ ਸੱਚ ਆ ਕਿ ਮਹਿਕੇ ਦੇ ਡੇਰੇ ਦੇ ਹਾਲਾਤ ਉਹ ਬਣ ਗਏ ਜਿਹੜੇ ਸ਼ੇਰੇ ਪੰਜਾਬ ਦੇ ਪਰਿਵਾਰ ਦੇ ਧਿਆਨ ਸਿੰਘ ਡੋਗਰੇ ਨੇ ਕੀਤੇ ਸਨ। ਇਹਨਾਂ ਦੇ ਵਿੱਚ ਤੇ ਉਹਨਾਂ ਡੋਗਰਿਆਂ ਦੇ ਵਿੱਚ ਪਿਆਰੀ ਕੋਈ ਵੀ ਕਮੀ ਨਹੀਂ। ਇਹ ਬਰਸੀ ਮਨਾਈ, ਸੰਗਤਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ। ਤੁਹਾਡਾ ਤਾਂ ਸੁਪਨਾ, ਜੇਕਰ ਬਾਬਾ ਜੀ ਦੇ ਬਚਨਾਂ ਨੂੰ ਮੰਨ ਕਰਕੇ ਇਹ ਕਹੋਗੇ ਨਾ ਕਿ ਸੰਤ ਸ਼ਹੀਦ ਨਹੀਂ ਹੋਏ, ਤੁਹਾਡਾ ਸਾਡਾ ਬੋਲਿਆ ਤੇ ਤੁਹਾਡਾ ਸੁਣਿਆ, ਬਰਸੀ ਮਨਾਈ, ਇਹ ਪਿਆਰੋ ਤਾਂ ਸੁਪਨੀ ਆ। ਜੇ ਕਿਸੇ ਨੇ ਕੋਈ ਸ਼ੰਕਾ ਕਰਨਾ ਹੋਵੇ ਨਾ ਕਿ ਆਪਾਂ ਵਿਸਥਾਰ ਦੇ ਨਾਲ ਵਿਚਾਰ ਕਰਨੀ ਤੇ ਭਾਵੇਂ 5 ਘੰਟੇ ਕਰ ਦਿਓ ਕਰ ਲਿਓ, ਤੁਹਾਨੂੰ ਖੁਦ ਹੀ ਸੁੱਤੀ ਆ। ਜਿਹੜਾ ਮਰਜ਼ੀ ਕੋਈ ਆ ਕਰਕੇ ਸਵਾਲ ਕਰਕੇ ਤੇ ਸੰਤਾਂ ਦੀ ਸ਼ਹੀਦੀ ਬਾਰੇ ਤੁਹਾਨੂੰ ਚੜ੍ਹਦੀ ਕਲਾ ਦੇ ਸਬੂਤ ਦੇਵਾਂਗੇ। ਇਹ ਨਹੀਂ ਸਟੇਜ ਗਿਆ ਕਿ ਇਹ ਸ਼ਰਾਬ ਦੀ 24 ਦਿਨ ਕੁੱਟ ਖਾਧੀ, ਪਰ ਆਪਣੀ ਜ਼ਬਾਨ ਤੋਂ ਕਦੇ ਸੰਤਾਂ ਨੂੰ ਸ਼ਹੀਦ ਨਹੀਂ ਕੀਤਾ। ਪੁਲਿਸ ਤੋਂ ਕੁੱਟ ਖਾ ਕੇ ਵੀ ਗੁਰਮੁਖੋ ਸੰਤਾਂ ਨੂੰ ਸ਼ਹੀਦ ਨਹੀਂ ਕਿਹਾ, ਇਹ ਨਹੀਂ ਤੁਹਾਡੇ ਕੋਲੇ ਸਾਹਮਣੇ ਸਟੇਜ ਤੇ ਬਹਿ ਕਰਕੇ ਕਹਿ ਸਕਦੇ ਸੱਚ ਚੜ੍ਹਦੀ ਕਲਾ ਚ ਨਹੀਂ। ਬਾਬਾ ਜੀ ਨੇ ਇਹ ਬਚਨ ਕਹੇ ਸਨ ਭਿੰਡਰਾਂ ਪਿੰਡ ਦੇ ਵਿੱਚ ਪੱਤਰਕਾਰਾਂ ਨੂੰ, ਉਹ ਭਿੰਡਰਾਂ ਨਗਰ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਬਾਬਾ ਜੀ ਸੰਤਾਂ ਬਾਰੇ ਦੱਸੋ। ਉਹ ਕਹਿਣ ਲੱਗੇ ਕਿ ਸੱਚ ਚੜ੍ਹਦੀ ਕਲਾ ਤੇ ਆ। ਕਹਿਣ ਲੱਗੇ ਫਿਰ ਉਹਦਾ ਕੋਈ ਸਬੂਤ? ਬਾਬਾ ਜੀ ਨੇ ਆਪਣੇ ਐਸ ਚਿੱਟੇ ਦਾੜੇ ਨੂੰ ਫਕੜ ਕਰਕੇ
ਸੰਗਤ ਵੱਲ ਆਪਣਾ ਮੂੰਹ ਕਰਕੇ ਇਹ ਕਿਹਾ ਸੀ ਕਿ ਠਾਕਰ ਸਿੰਘ ਦੇ ਦਾੜੇ ਨੂੰ ਲੋਕ ਕੀ ਕਹਿਣਗੇ ਜੇ ਮੈਂ ਝੂਠ ਬੋਲੂਗਾ। ਜੇਕਰ ਠਾਕਰ ਸਿੰਘ ਝੂਠ ਬੋਲੇਗਾ